ਖਾਲਸੇ ਦੇ 316ਵੇਂ ਸਿਰਜਣਾ ਦਿਵਸ ਨੂੰ ਸਮਰਪਿਤ ਮਾਲਟਨ ਗੁਰਦੁਆਰਾ ਸਾਹਿਬ ਤੋਂ ਰੈਕਸਡੇਲ ਗੁਰਦੁਆਰਾ ਸਾਹਿਬ ਤੱਕ ਨਗਰ ਕੀਰਤਨ ਸਜਾਏ ਜਾ ਰਹੇ ਨੇ ਔਰ ਇਸ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ 2020 ਰੈਫਰੈਂਡਮ ਕੰਪੇਨ ਦਾ ਜਨਤਕ ਆਗਾਜ਼ ਕੈਨੇਡਾ ਦੇ ਵਿੱਚ ਕੀਤਾ ਜਾ ਰਿਹਾ ਹੈ। ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜ ਬਲ ਸੇ ਲੇ ਹੈ। ਸੋ ਅੱਜ ਦੀ ਆਵਾਜ਼, ਅੱਜ ਦਾ ਬਲ ਕਾਨੂੰਨੀ ਤੌਰ 'ਤੇ ਤੁਹਾਡੀ ਕਲਮ ਹੈ, ਜੋ 2020 ਦੇ ਵਿੱਚ ਅਸੀਂ ਦੁਨੀਆ ਭਰ ਦੇ ਵਿੱਚ ਵੱਸਦੇ ਸਿੱਖਾਂ ਦੇ ਸਾਹਮਣੇ 2020 ਰੈਫਰੈਂਡਮ ਕੰਪੇਨ ਦਾ ਆਗਾਜ਼ ਕੀਤਾ ਜਾ ਰਿਹਾ ਹੈ, ਤੁਸੀਂ ਇਸ ਦਾ ਸਾਥ ਦਿਓ। 3 ਮਈ ਦਿਨ ਐਤਵਾਰ ਗੁਰਦੁਆਰਾ ਸਾਹਿਬਾਨ ਮਾਲਟਨ ਤੋਂ ਗੁਰਦੁਆਰਾ ਸਾਹਿਬਾਨ ਰੈਕਸਡੇਲ ਤੱਕ ਨਹਾਨ ਨਗਰ ਕੀਰਤਨ ਦੇ ਦੌਰਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।